हाँ जी हाँ जी बिल्कुल डबल ट्रिपल हाँ जी दवांगी पकौड़े भरा जो मैं खान लगा तो पकौड़े चुक दे इन्होंने आने इन्हें कितने खा ले मिठा नहीं खाना खा कीड़े लग गए तो बाद सेफ्टी जरूरी बड़ा गल है तो गर्मी ने मत मारी हाँ जी जी सारे सत श्रीकाल ते मैं मेरी अज मैरिज आ ते भाजी हुणी मेरे कोल पहुंचे ने ते मैनूं बहुत ही ज़्यादा चाह आ इस गल दा दीप जी ऐदां ही मैरिज तो बाद भी ज़्यादा तुहाडा जिहड़ा हसणा सा हुंदा काम चलदा रहेगा हाँ जी बिल्कुल इस टाइम तो वाइफ जिहड़े बिल्कुल साथ दे रहे कहिंदे आ वी इदां मैं तुहाडे नाल वीडियोज़ वगैरह जिहड़ियां बनाया करांगी ते बाकी जिहड़े अपना जिहड़े मेरे भैण भरा ने उह प्यार भी दे रहे ने सानूं कह रहे ने वी हाँ वी बहुत वधिया गल आ दीप वीर ने अपने मम्मी डैडी दा कहना मन्निया जिहड़ी मैरिज जिहड़ी आ बहुत ही जल्दी कराई ते मैं कहा चलो मेरे मम्मी ते डैडी जिहड़े ने हुण खुश होणे चाहीदे किसे तरीके नाल वी खुश हो जाण बस उह ते मैं उहनां दा चेहरे ते बस खुशी देखणा चाहुंदा आ ते मैं संदीप नूं वी इही गल कहना चाहुंदा वी मेरे मम्मी ते डैडी जी नूं कदी भी नाराज़ नहीं करना तो उन्होंने अख च कभी भी अथरू नहीं आने देना बस तो बाकी थैंक यू सत श्रीकाल सारिआं नूं मेरा नाम संदीप है मेरी मैरिज होन जा रही है मैं बहुत खुश हाँ एक टू स्टार नाल तुहाडी मैरिज हो रही है हाँ जी बहुत बहुत खुश हाँ मैं लक्की मैं लक्की हाँ जो इन्हां नाल मैरिज हो रही है मेरी दिओगे साथ पूरा ना पूरा साथ दवांगी ਜਿੱਦਾਂ ਉਹ ਪਹਿਲਾਂ ਹਸਾਉਂਦੇ ਸੀਗੇ ਪਬਲਿਕ ਨੂੰ ਆਮ ਸਰੋਤਿਆਂ ਨੂੰ ਉੱਦਾਂ ਹੀ ਤੁਹਾਡੇ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਹਾਂਜੀ ਹਾਂਜੀ ਬਿਲਕੁਲ ਡਬਲ ਟ੍ਰਿਪਲ ਹਾਂਜੀ ਦਵਾਂਗੀ ਓਕੇ ਮੇਰਾ ਨਾਮ ਲਵਲੀ ਕੋਹਾਲੀ ਹੈ ਜੀ ਅੱਜ ਤੁਸੀਂ ਇਹ ਫੰਕਸ਼ਨ 'ਤੇ ਆਏ ਹੋ ਆਪਣੇ ਵੀਰ ਦੇ ਦੀਪ ਮਠਾਰੂ ਦੇ ਜੀ ਕਿੱਦਾਂ ਦਾ ਮਹਿਸੂਸ ਕਰ ਰਹੇ ਤੁਸੀਂ ਜਿਵੇਂ ਕਿ ਦੀਪ ਮਠਾਰੂ ਵੀਰੇ ਨਾਲ ਬਹੁਤ ਪ੍ਰੇਮ ਹੈ ਮੇਰਾ ਅਤੇ ਅੱਜ ਵੀਰੇ ਦਾ ਵਿਆਹ ਆ ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਅਤੇ ਅਸੀਂ ਭੰਗੜਾ ਵੀ ਪਾ ਰਹੇ ਹਾਂ ਅਤੇ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਬੜਾ ਵਧੀਆ ਲੱਗਾ ਆਣ ਕੇ ਜੀ ਕਿੱਦਾਂ ਵੇਖਦੇ ਹੋ ਹੁਣ ਇੱਕ ਸੈਲੀਬ੍ਰਿਟੀ ਜਿਵੇਂ ਸੋਸ਼ਲ ਮੀਡੀਆ ਸਟਾਰ ਹੈ ਦੀਪ ਠਾਰੂ ਤੁਸੀਂ ਸੋਸ਼ਲ ਮੀਡੀਆ ਸਟਾਰ ਹੋ ਕਾਫੀ ਚੜ੍ਹਾਈ ਹੈਗੀ ਹੈ ਤੁਹਾਡੀ ਕਾਫੀ ਅਤੇ ਇੱਕ ਜਿਹਦੇ ਵਿਆਹ 'ਤੇ ਜਾਣਾ ਕਿੱਦਾਂ ਮਹਿਸੂਸ ਹੁੰਦਾ ਲੋਕਾਂ ਦਾ ਪਿਆਰ ਕਿੱਦਾਂ ਮਿਲਦਾ ਤੁਹਾਨੂੰ ਮੈਂ ਤਾਂ ਜਦੋਂ ਐਂਟਰ ਕੀਤਾ ਇੱਥੇ ਵਿਆਹ 'ਚ ਅਤੇ ਮੈਨੂੰ ਫੈਮਿਲੀ ਵਾਂਗੂ ਮਾਹੌਲ ਮਹਿਸੂਸ ਹੋਇਆ ਅਤੇ ਬੜਾ ਵਧੀਆ ਲੱਗਾ ਸਾਰਿਆਂ ਨਾਲ ਮਿਲ ਕੇ ਫੈਮਿਲੀ ਵਾਂਗੂ ਹੀ ਵਿਆਹ ਲੱਗਾ ਮੈਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਅੱਜ ਕੱਲ੍ਹ ਦੇ ਨੌਜਵਾਨਾਂ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਸਭ ਤੋਂ ਪਹਿਲਾਂ ਤਾਂ ਦੀਪ ਵੀਰੇ ਨੂੰ ਲੱਖ ਲੱਖ ਵਧਾਈ ਉਹ ਆਪਣੀ ਨਵੀਂ ਲਾਈਫ ਸ਼ੁਰੂ ਕਰਨ ਜਾ ਰਿਹਾ ਆ ਅਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਬਣ ਰੱਖੇ ਅਤੇ ਇੱਦਾਂ ਹੀ ਮਿਲ ਵਰਤ ਕੇ ਅਤੇ ਲੜਾਈ ਜਿਹੜੀ ਜੰਗ ਦੀ ਉਹਨੇ ਲੜੀ ਆ ਥੋੜ੍ਹੀ ਜਿਹੀ ਅਤੇ ਵਧੀਆ ਰਿਹਾ ਆ ਚਲੋ ਐਕਸਪੀਰੀਅੰਸ ਹੈ ਅਤੇ ਹੁਣ ਆਪਣੀ ਲਾਈਫ ਸ਼ੁਰੂ ਕਰਨ ਜਾ ਰਿਹਾ ਹੈ ਅਤੇ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਜਿੱਦਾਂ ਤੁਸੀਂ ਹੋ ਜਾਂ ਦੀਪ ਮਠਾਰੂ ਆ ਜਾਂ ਹੋਰ ਵੀ ਸੋਸ਼ਲ ਮੀਡੀਆ ਸਟਾਰ ਨੇ ਜੋ ਲੋਕਾਂ ਦੇ ਮਤਲਬ ਢਿੱਡਾਂ ਪੀਰੀ ਪਾਉਂਦੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਆਪਣੇ ਕਲਾ ਦੇ ਨਾਲ ਅਤੇ ਅੱਜ ਕੱਲ੍ਹ ਨੌਜਵਾਨ ਜੋ ਨਸ਼ੇ ਦੇ ਵਿੱਚ ਜਲਦੀ ਵੜਦੇ ਜਾਂਦੇ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਹੁਣ ਜਿਹੜੀ ਸਾਡੀ ਨਵੀਂ ਸਰਕਾਰ ਆਈ ਆ ਉਹ ਉਮੀਦ ਹੈ ਇੱਕ ਲੋਕਾਂ ਨੂੰ ਵੀ ਉਮੀਦ ਹੈ ਸਾਨੂੰ ਵੀ ਉਮੀਦ ਹੈ ਕਿ ਉਹ ਨਸ਼ੇ 'ਤੇ ਕਾਬੂ ਪਾਏਗੀ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਤਾਂ ਲਾਰੇ ਹੀ ਲਾਏ ਸੀ ਅਤੇ ਕੋਈ ਸਾਨੂੰ ਫਰਕ ਤਾਂ ਪਿਆ ਦਿਖਿਆ ਨਹੀਂ ਸੀ ਹੁਣ ਨਵੀਂ ਸਰਕਾਰ ਜਿਹੜੀ ਆਈ ਆ ਸਾਨੂੰ ਬਹੁਤ ਉਹਨਾਂ 'ਤੇ ਉਮੀਦਾਂ ਆ ਕਿ ਨਸ਼ੇ 'ਤੇ ਕਾਬੂ ਪਾਏਗੀ ਅਤੇ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਕੰਮ ਦੇ ਰਾਹ ਪਾਏਗੀ ਅਤੇ ਉਹਨਾਂ ਤੋਂ ਨਸ਼ਿਆਂ ਤੋਂ ਦੂਰ ਰੱਖੇਗੀ ਉਹਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਲੂ ਮਾਝੇ ਵਾਲਾ ਅਤੇ ਅੱਜ ਦੀਪ ਮਠਾਰੂ ਭਾਅ ਜੀ ਦਾ ਵਿਆਹ ਵਾ ਅਤੇ ਬਹੁਤ ਹੀ ਵਧੀਆ ਲੱਗਣ ਡਿਆ ਵਿਆਹ 'ਚ ਆ ਕੇ ਅਤੇ ਮੈਂ ਹਲੇ ਆਉਂਦਿਆਂ ਹੀ ਫਿਰ ਫੂਡ ਵੜਿਆ ਵੀ ਖਚੋਣ ਅਤੇ ਉਹ ਬਾਅਦ ਮੈਂ ਪਕੌੜੇ ਵੱਲ ਨਹੀਂ ਹੋਇਆ ਅਤੇ ਪਕੌੜੇ ਭਰਾ ਜਦੋਂ ਮੈਂ ਖਾਣ ਲੱਗਾ ਤਾਂ ਪਕੌੜੇ ਚੁੱਕਦੇ ਇਹਨਾਂ ਨੇ ਆਉਂਦੇ ਹੋਣੇ ਇਹਨਾਂ ਕਿਤੇ ਖਾ ਲਏ ਅਤੇ ਹੋਰ ਗੁਲਾਬ ਜਾਮੁਨ ਖਾ ਲੈਣੇ ਨਹੀਂ ਨਹੀਂ ਮਿੱਠਾ ਨਹੀਂ ਖਾਣਾ ਖਾਇਆ ਕੀੜੇ ਲੱਗ ਗਏ ਤਾਂ ਬਾਅਦ 'ਚ ਵੀ ਸੇਫਟੀ ਜ਼ਰੂਰੀ ਹੋਰ ਕਿੰਨਾ ਕੁ ਮਜ਼ਾ ਆਉਣ ਡਿਆ ਵਿਆਹ ਵਿੱਚ ਬੜਾ ਗੱਲ ਹੈ ਤਾਂ ਗਰਮੀ ਨੇ ਮੱਤ ਮਾਰੀ ਅੰਦਰ ਪੱਖੇ ਲੱਗੇ ਨੀਗੇ ਲੱਗੇ ਟੁੱਟੇ ਟੁੱਟੇ ਜੇ ਨਾ ਹਵਾ ਆਉਂਦੀ ਬੋਲੂ ਜੀ ਹੋਰ ਵੀ ਦੀਪ ਮਟਾਰੂ ਦੇ ਮੈਰਿਜ ਸਮਾਰੋਹ ਦੇ ਉੱਤੇ ਹੋਰ ਵੀ ਕੋਈ ਤੁਹਾਡੀ ਸੈਲੀਬ੍ਰਿਟੀ ਜੇ ਟਿਕਟ ਸਟਾਰ ਆਏ ਨੇ ਕਿ ਜਾਂ ਦੋ ਚਾਰ ਜਣੇ ਆਏ ਆਏ ਹੋਰ ਕੌਣ ਕੌਣ ਆਏ ਟਵਿੰਸ ਬ੍ਰਦਰ ਅਤੇ ਇੱਕ ਹੋਰ ਆਇਆ ਲਵਲੀ ਕੁਆਲੀ ਹੋਰ ਬਸ ਅਤੇ ਇੱਕ ਮੈਂ ਇੰਨੇ ਕੀ ਆਏ ਆ ਬਾਕੀ ਕੱਲ੍ਹ ਆਉਣਗੇ ਨਾ ਬਰਾਤ 'ਤੇ ਹਾਂ ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਕੀ ਤੁਸੀਂ ਪਰੇਸ਼ਾਨ ਹੋ ਅੱਜ ਹੀ ਸੰਪਰਕ ਕਰੋ ਦੁਖੀ ਭੈਣ ਭਰਾ ਦੇ ਸੱਚੇ ਹਮਦਰਦ ਬਾਬਾ ਅਫਜ਼ਲ ਖਾਨ 9988984580 ਗੈਟ ਐਕਸ ਲਵ ਬੈਕ ਇਨ ਯੋਰ ਲਾਈਫ ਪਰੇਸ਼ਾਨੀ ਜਿਵੇਂ ਵਿਆਹ ਵਿੱਚ ਰੁਕਾਵਟ ਖੋਇਆ ਪਿਆਰ ਵਾਪਸ ਪਾਉਣਾ ਪਤੀ ਪਤਨੀ ਵਿੱਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੁੱਖ ਬੁਰੇ ਸੁਪਨੇ ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਮੈਗਾ ਮਿਲੀਅਨ ਹਰ ਜਗ੍ਹਾ ਤੋਂ ਨਿਰਾਸ਼ ਅਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ ਇਟਸ ਮਾਈ ਪ੍ਰੋਮਿਸ ਬਾਬਾ ਅਫਜ਼ਲ ਖਾਨ 9988984580